ਸ਼ਸ਼ਟਿਕਲ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡੇ ਆਪਣੇ YouTube ਚੈਨਲ ਦੇ ਉੱਪਰ ਜਿਹੜੇ ਵਿਦਿਆਰਥੀ ਨੇ 2011 ਤੋਂ ਲੈ ਕੇ 2017 ਤੱਕ TET ਦੇ ਇਮਤਿਹਾਨ ਦਿੱਤੇ ਸੀ ਉਹਨਾਂ ਵਾਸਤੇ ਜ਼ਰੂਰੀ ਸੂਚਨਾ ਹੈ ਜੀ ਜਿਨ੍ਹਾਂ ਨੇ ਅਜੇ ਤੱਕ ਸਰਟੀਫਿਕੇਟ ਪ੍ਰਾਪਤ ਨਹੀਂ ਕੀਤੇ ਸੋ ਵਿਭਾਗ ਵੱਲੋਂ ਡਾਇਰੈਕਟਰ SCERT ਵੱਲੋਂ ਇਹ ਲੈਟਰ ਜਾਰੀ ਕੀਤਾ ਗਿਆ ਜੀ ਕਿ ਇਸ ਵਿਭਾਗ ਦੇ ਵਿਮੋ ਨੰਬਰ 62918 ਪ੍ਰੀ ਮਿਤੀ 2/11/2018 ਰਾਹੀਂ ਰਾਜ ਸਰੂਹ ਡਾਟਾ ਤੋਂ TET ਦੇ ਸਰਟੀਫਿਕੇਟ ਪ੍ਰਾਪਤ ਕਰਨ ਅਤੇ ਉਹਨਾਂ ਨੂੰ ਸੰਬੰਧਤ ਉਮੀਦਵਾਰਾਂ ਨੂੰ ਵੰਡਨ ਸੰਬੰਧੀ ਸੂਚਨਾ ਮੰਗੀ ਹੋਈ ਹੈ। ਵਿਭਾਗ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਬਹੁਤ ਸਾਰੇ ਉਮੀਦਵਾਰਾਂ ਨੂੰ ਸਾਲ 2011 ਤੋਂ ਲੈ ਕੇ 17 ਤੱਕ ਹੋਏ TET ਦੇ ਇਮਤਿਹਾਨਾਂ ਸੰਬੰਧੀ ਸਰਟੀਫਿਕੇਟ ਪ੍ਰਾਪਤ ਨਹੀਂ ਹੋਏ। ਇਸ ਪਬਲਿਕ ਨੋਟਿਸ ਰਾਹੀਂ ਸਮੂਹ ਯੋਗ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਉਹਨਾਂ ਨੂੰ TET ਦੇ ਕਿਸੇ ਵੀ ਸਾਲ ਦੇ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਹੋਵੇ ਤਾਂ ਉਹ ਸ਼੍ਰੀਮਤੀ ਪੂਨਮ ਸ਼ਰਮਾ ਵਿਸ਼ਾ ਮਾਹਿਰ ਜਿਨ੍ਹਾਂ ਦਾ ਮੋਬਾਈਲ ਨੰਬਰ ਹੈ ਜੀ 9775199 7760047 9779177647 ਅਤੇ ਸ਼੍ਰੀਮਤੀ ਬਿਮਲਾ ਮੁਲਾਂਕਣ ਅਫਸਰ ਮੋਬਾਈਲ ਨੰਬਰ 9463646178 ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਸੋ ਜੇ ਅਜੇ ਤੱਕ ਤੁਸੀਂ ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਤਾਂ ਇਹਨਾਂ ਅਧਿਕਾਰੀਆਂ ਨਾਲ ਗੱਲ ਕਰਕੇ ਆਪਣੇ ਜਿਹੜੇ ਸਰਟੀਫਿਕੇਟ ਨੇ ਉਹ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਇਹ ਤੁਹਾਨੂੰ ਜਾਣਕਾਰੀ ਦੇ ਦੇਣਗੇ ਕਿ ਸਰਟੀਫਿਕੇਟ ਅਜੇ ਤੱਕ ਡਾਈਟਸੀ ਨੇ ਜਾਂ ਵਾਪਸ ਤੁਹਾਨੂੰ ਐਨਸੀਆਰਟੀ ਦਾ ਜਿਹੜਾ ਆਫਿਸ ਹੈ ਉਸ ਤੋਂ ਪ੍ਰਾਪਤ ਹੋਣਗੇ ਸੋ ਜਿਹੜੇ ਵਿਦਿਆਰਥੀ ਨੇ ਅਜੇ ਤੱਕ ਸਰਟੀਫਿਕੇਟ ਨਹੀਂ ਪ੍ਰਾਪਤ ਕੀਤੇ ਉਹ ਆਪਣੇ ਸਰਟੀਫਿਕੇਟ ਜਿਹੜੇ ਨੇ ਇਹਨਾਂ ਨਾਲ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਨੇ ਔਰ ਜੇਕਰ ਤੁਸੀਂ ਮਾਸਟਰ ਕਾਰਡਰ ਜਾਂ ਪੀਐਸਟਟ ਸੀਟਟ ਦੀ ਪ੍ਰੈਪਰੇਸ਼ਨ ਕਰ ਰਹੇ ਤਾਂ ਉਹਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜੀ ਆਪਣੀ ਪ੍ਰੈਪਰੇਸ਼ਨ ਹੈ ਉਹ ਕਰ ਸਕਦੇ ਹੋ ਕਿਉਂਕਿ ਅਸੀਂ ਜਿਹੜੀਆਂ ਨੇ ਚੈਨਲ ਦੇ ਉੱਪਰ ਬਹੁਤ ਸਾਰੀਆਂ ਬਿਲਕੁਲ ਪੀਐਸਟਟ اور ਸੀਟਟ ਦੇ ਸਿਲੇਬਸ ਦੇ ਅਕੋਰਡਿੰਗ ਜਿਹੜੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ